ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜੰਮੂ ਕਸ਼ਮੀਰ ਤੋਂ ਆਰਟੀਕਲ 370 ਅਤੇ 35A ਹਟਾਏ ਜਾਣ ਤੇ ਪੂਰੇ ਭਾਰਤ ਭਰ ਵਿੱਚ ਮਨਾਈਆਂ ਜਾ ਰਹੀਆਂ ਨੇ ਖੁਸ਼ੀਆਂ। ਔਰ ਇਹ ਜਿਹੜਾ ਇਹਦੀ ਹਟਾਈ ਗਈ ਹੈਗੀ ਆ, ਮੈਂ ਕਹਿੰਦਾ ਵੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ, ਔਰ ਬਹੁਤ ਹੀ ਬੋਲਡ ਫੈਸਲਾ ਲਿਆ ਹੈਗਾ ਔਰ ਦੇਸ਼ ਦਾ ਬੱਚਾ ਬੱਚਾ ਖੁਸ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਆਖੂਬੀ ਚਾਹੁੰਦੇ ਹੋ ਕਿ ਆਰਟੀਕਲ 370 ਅਤੇ 35A ਤੋੜੇ ਜਾਣ ਤੋਂ ਪੂਰੇ ਭਾਰਤ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਸਕੱਤਰ ਅਤੇ ਜੰਮੂ ਕਸ਼ਮੀਰ ਦੇ ਇੰਚਾਰਜ ਸੁਖਵਿੰਦਰਪਾਲ ਗਰੇਵਾਲ ਨੇ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਹੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇੱਕ ਬੋਲਡ ਫੈਸਲਾ ਲੈ ਕੇ ਭਾਰਤ ਵਾਸੀਆਂ ਦੇ ਦਿਲਾਂ ਵਿੱਚ ਇੱਕ ਅਲੱਗ ਹੀ ਜਗ੍ਹਾ ਬਣਾਈ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਉੱਥੇ ਵਸਦੇ ਸਿੱਖ ਸਰਦਾਰਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ਤੋਂ ਉਹ ਅੱਜ ਤੱਕ ਵਾਂਝੇ ਸਨ। ਇਹ ਪ੍ਰੈਸ ਕਾਨਫਰੰਸ ਲੁਧਿਆਣਾ ਵਿੱਚ ਕੀਤੀ ਗਈ। ਹੋਰ ਕੀ ਕੁਛ ਕਿਹਾ, ਆਓ ਮਾਰਦੇ ਇੱਕ ਨਜ਼ਰ। ਕੇਂਦਰ ਸਰਕਾਰ ਨੇ 370 ਤੇ ਬਹੁਤ ਵੱਡਾ ਫੈਸਲਾ ਲਿਆ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਇਤਿਹਾਸਕ ਫੈਸਲਾ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਦਾ ਔਰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦਾ ਧੰਨਵਾਦ ਕਰਦਾ ਹੈਗਾ, ਕਿਉਂਕਿ ਇੱਕ ਦੇਸ਼ ਦੇ ਵਿੱਚ ਇੱਕ ਕਾਨੂੰਨ ਹੋਵੇ, ਸਾਰੇ ਉਸਦੀ ਪਾਲਣਾ ਕਰਨ ਬਹੁਤ ਜ਼ਰੂਰੀ ਸੀ। ਆਰਟੀਕਲ 370 ਔਰ 35A ਦੇ ਅਧੀਨ ਉੱਥੇ ਜਿਹੜੀਆਂ ਮਿਨੋਰਟੀਜ਼ ਰਹਿੰਦੀਆਂ ਸੀਗੀਆਂ ਉਹਨਾਂ ਨੂੰ ਕੋਈ ਨਹੀਂ ਸੀ ਪੁੱਛਦਾ। ਔਰ ਮੈਨੂੰ ਯਾਦ ਆ ਵੀ ਛੱਤੀ ਸਿੰਘਪੁਰਾ ਮੈਂ ਗਿਆ, ਹੋਰ ਇਲਾਕੇ 'ਚ ਗਿਆ, ਜਿੰਨੇ ਉੱਥੇ ਸਿੱਖ ਸਰਦਾਰ ਰਹਿੰਦੇ ਹੈਗੇ ਆ ਉਹਨਾਂ ਨੂੰ ਉੱਥੇ ਮਿਨੋਰਟੀ ਦਾ ਦਰਜਾ ਨਹੀਂ ਸੀ ਆਰਟੀਕਲ 35A ਕਰਕੇ, ਧਾਰਾ 370 ਕਰਕੇ। ਔਰ ਇਹ ਜਿਹੜਾ ਇਹਦੀ ਹਟਾਈ ਗਈ ਹੈਗੀ ਆ, ਮੈਂ ਕਹਿੰਦਾ ਵੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ, ਔਰ ਬਹੁਤ ਹੀ ਬੋਲਡ ਫੈਸਲਾ ਲਿਆ ਹੈਗਾ ਔਰ ਦੇਸ਼ ਦਾ ਬੱਚਾ ਬੱਚਾ ਖੁਸ਼ ਹੈ। ਈਵਨ ਵਿਦੇਸ਼ਾਂ ਤੋਂ ਫੋਨ ਆ ਰਹੇ ਹੈਗੇ ਆ ਵੀ ਇਹ ਜੇ ਕੰਮ ਕੀਤਾ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤਾ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੀ ਕਰ ਸਕਦੇ ਸੀ ਔਰ ਅਮਿਤ ਸ਼ਾਹ ਜੀ। ਔਰ ਮੈਂ ਇਹ ਵੀ ਕਹਿਣਾ ਵੀ ਇੱਕ ਦੱਸਤਾ ਵੀ ਹਕੂਮਤ ਕਿਵੇਂ ਚਲਾਈ ਜਾਂਦੀ ਹੈ, ਔਰ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਆਪਣੇ ਵਰਕਰਸ ਵੱਲੋਂ ਔਰ ਦੇਸ਼ ਵਾਸੀਆਂ ਵੱਲੋਂ। ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ 35A ਖਤਮ ਕਰਨ ਦਾ ਫੈਸਲਾ ਸਿਰਫ ਤੇ ਸਿਰਫ ਮੋਦੀ ਸਰਕਾਰ ਹੀ ਲੈ ਸਕਦੀ ਸੀ, ਕੁਝ ਅਜਿਹੇ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਅਜਨਾਲਾ ਦੇ ਪੂਰਵ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਉੱਥੇ ਦੇ ਲੋਕਾਂ ਦੀ ਇਹ ਮੰਗ ਸੀ ਕਿ ਜੰਮੂ ਕਸ਼ਮੀਰ ਨੂੰ ਅਲੱਗ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਮਾਨਤਾ ਮਿਲਣੀ ਚਾਹੀਦੀ ਹੈ, ਤਾਂ ਜੋ ਇੱਥੇ ਰਹਿਣ ਵਾਲੇ ਲੋਕ ਵੀ ਆਪਣੇ ਟੀਚੇ ਨੂੰ ਮਿਥ ਸਕਣ, ਆਪਣੇ ਖੁਆਬ ਪੂਰੇ ਕਰ ਸਕਣ। ਉਹਨਾਂ ਕਿਹਾ ਕਿ ਉਹ ਅਤੇ ਉਹਨਾਂ ਦਾ ਪੂਰਾ ਪਰਿਵਾਰ ਮੋਦੀ ਸਰਕਾਰ ਨੂੰ ਉਹਨਾਂ ਦੇ ਇਸ ਫੈਸਲੇ ਵਾਸਤੇ ਵਧਾਈ ਦਿੰਦਾ ਹੈ ਅਤੇ ਉਹ ਉਮੀਦ ਕਰਦੇ ਨੇ ਕਿ ਮੋਦੀ ਸਰਕਾਰ ਅੱਗੇ ਵੀ ਅਜਿਹੇ ਸ਼ਲਾਘਾਯੋਗ ਕੰਮ ਕਰਦੀ ਰਹੇਗੀ। ਬੋਨੀ ਅਜਨਾਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਿਰਫ ਤੇ ਸਿਰਫ ਲੁੱਟਣ ਤੋਂ ਸਿਵਾਏ ਹੋਰ ਕੁਝ ਵੀ ਕੰਮ ਨਹੀਂ ਕਰ ਰਹੀ ਅਤੇ ਅਜਨਾਲਾ ਵਿੱਚ ਵਿਕਾਸ ਕਾਰਜਾਂ ਦੀ ਦਰ ਜ਼ੀਰੋ ਹੈ। ਅੱਜ ਅਸੀਂ ਵਾਰਡ ਨੰਬਰ 14 ਦੇ ਜਿਹੜੇ ਸਾਰੇ ਮੋਹਤਪੁਰ ਸਾਹਿਬਾਨ ਸਾਰੇ ਇਕੱਤਰ ਹੋਏ ਅਤੇ ਸਾਰਿਆਂ ਨੇ ਹਲਫ ਲਿਆ ਕਿ ਖਾਸ ਕਰਕੇ ਨਸ਼ਿਆਂ ਦੇ ਵਿਰੁੱਧ, ਕੋਈ ਵੀ ਨਸ਼ੇ ਦੇ ਮਗਰ, ਭਾਵੇਂ ਕਿਸੇ ਧਰਮ ਦਾ, ਕਿਸੇ ਮਜ਼ਹਬ ਦਾ, ਭਾਵੇਂ ਅਮੀਰ ਭਾਵੇਂ ਗਰੀਬ ਆ, ਭਾਵੇਂ ਦਿਹਾੜੀਦਾਰ ਹੈ, ਕੋਈ ਵੀ ਨਸ਼ੇ ਮਗਰ ਨਾ ਮਦਦ ਕਰੂੰਗਾ ਨਾ ਕਿਸੇ ਮਗਰ ਆਊਗਾ। ਜੋ ਬਣਦੀ ਕਾਨੂੰਨੀ ਕਾਰਵਾਈ ਆ
ਪ੍ਰਸ਼ਾਸਨ ਜੋ ਕਰੇ ਪਰ ਕਰੇ, ਸੱਚਾਈ ਇਹ ਨਾ ਹੋਵੇ ਕਿ ਪੈਸੇ ਲੈ ਕੇ ਛੱਡੀ ਜਾਣ ਜਾਂ ਹੇਰਾਫੇਰੀਆਂ ਕਰਨ। ਉਹਦੇ ਸੰਬੰਧ 'ਚ ਅਸੀਂ ਸਾਰਿਆਂ ਨੇ ਹਲਫ ਲਿਆ, ਅਸੀਂ ਕਿਸੇ ਨਸ਼ੇ ਵਾਲੇ ਬੰਦੇ ਦੇ ਮਗਰ ਨਹੀਂ ਆਵਾਂ। ਅਤੇ ਦੂਸਰਾ ਡਿਵੈਲਪਮੈਂਟ ਦੀ ਗੱਲ ਹੋਈ ਆ, 2.5 ਸਾਲ ਹੋ ਗਏ ਸਰਕਾਰ ਕਾਂਗਰਸ ਦੀ ਸਰਕਾਰ ਬਣੀ ਨੂੰ, ਅਤੇ ਨਾਲੇ ਕਸਬੇ 'ਚ ਆਨਾ ਵੀ ਨਹੀਂ ਲੱਗਾ ਅਜੇ ਤੱਕ, ਨਾ ਕਿਸੇ ਨੇ ਲਿਆਂਦਾ, ਨਾ ਕੋਈ ਇੱਥੋਂ ਦਾ ਬਾਲੀ ਵਾਸਿਆ। ਰਾਤ ਨੂੰ ਸਟਰੀਟ ਲਾਈਟਾਂ ਜਿਹੜੀਆਂ ਉਹ ਬੁਝੀਆਂ ਪਈਆਂ ਨੇ। ਜਿਹੜੇ ਮੌਜੂਦਾ ਕੌਂਸਲਰ ਆ ਉਹ ਆਪਣੀ ਕਿੜ ਕੱਢਦੇ ਪਏ ਆ, ਅਤੇ ਜਿਹੜੇ ਸੋ ਕਾਲਡ ਜਿਹੜੇ ਠੇਕੇਦਾਰ ਬਣੇ ਆ ਉਹਨਾਂ ਦੇ ਸੰਵਿਧਾਨਕ ਅਹੁਦਿਆਂ ਦੇ ਉਲਟ ਜਿਹੜੇ ਚੱਲ, ਜਿਹੜੇ ਸਰਕਾਰ ਹਾਕਮਦੇ ਆ ਉਹ ਧੱਕੇ ਨਾਲ ਹੀ ਆਪਣੇ ਆਪ ਨੂੰ ਕੌਂਸਲਰ ਕਹੀ ਜਾਂਦੇ ਆ, ਅਤੇ ਦਿਨ ਦਿਹਾੜੇ ਇਹ ਨਸ਼ੇ ਵਿਕਦੇ ਆ, ਦਿਨ ਦਿਹਾੜੇ ਦੇ ਸਫਾਈ ਅਤੇ ਸਫਾਈ ਦਾ ਵੇਖ ਲਓ ਨਾਲੇ, ਕੂੜਾ ਕਰਕਟ ਦਾ ਕੀ ਮਾੜੀ ਹਾਲਤ ਆ, ਲਾਈਟਾਂ ਦਾ ਮਾੜਾ ਪ੍ਰਬੰਧ ਆ, ਸੀਵਰੇਜ ਦਾ ਮਾੜਾ ਪ੍ਰਬੰਧ। ਮੈਨੂੰ ਤਾਂ ਕਈ ਇੱਕ ਦੋ ਵਾਰਡਾਂ ਉਹ ਕਹਿੰਦੇ ਸਾਡਾ ਚੋਕ ਹੋਇਆ ਪਿਆ, ਕੋਈ ਉਹਦਾ ਪ੍ਰਬੰਧ ਨਹੀਂ ਕਰਦੇ ਪਏ। ਆ ਸੜਕਾਂ ਵੇਖ ਲਓ, ਸੜਕਾਂ ਦਾ ਅਜੇ ਆ ਮੇਰੇ ਖਿਆਲ 3 ਮਹੀਨੇ ਵੀ ਨਹੀਂ ਹੋਏ ਆ ਸੜਕ ਬਣੀ ਨੂੰ। ਆ ਮੇਨ ਹਾਈਵੇ ਆ, ਸਟੇਟ ਹਾਈਵੇ ਆ ਜੀ, ਨਾਲੇ ਤੋਂ ਅੰਮ੍ਰਿਤਸਰ ਤੱਕ, ਅਤੇ ਮੇਰਾ ਖਿਆਲ 70-75 ਲੱਖ ਦੇ ਕਰੀਬ ਪੈਸੇ ਆਏ ਹਨ, ਅਤੇ ਅਜੇ ਇੱਕ ਬਾਰਿਸ਼ ਵੀ ਨਹੀਂ ਪਈ। ਅਤੇ ਇਹ ਕੁੰਭ ਕਰਨੀ ਨੀਂਹ ਸੁੱਤੇ ਪੈਣੇ, ਥੋਕਣਾ ਇਹ ਥੋਕਣਾ ਜੋੜੀ ਪਈ ਸੜਕ ਜਿਹੜੀ ਟੁੱਟ ਵੀ ਗਈ, ਅਜੇ ਮੀਂਹ ਬਾਰਿਸ਼ ਵੀ ਨਹੀਂ, ਅਜੇ ਬਾਰਿਸ਼ਾਂ ਵੀ ਸ਼ੁਰੂ ਹੋਣੀ ਆ, ਮੌਸਮ ਵੀ ਸ਼ੁਰੂ ਹੋਣੀ ਹੈ। ਮੁਰੰਮਤ ਇਹ ਪੈਚ ਵਰਕ ਦੇ ਅੱਗੇ ਹੀ ਇਹ ਕਾਂਗਰਸ ਸਰਕਾਰ ਬੜੀ ਮਸ਼ਹੂਰ ਆ। ਆ ਪਿਛਲੇ ਸਮੇਂ ਜਦੋਂ ਅਸੀਂ ਵਿਧਾਨ ਸਭਾ 'ਚ ਹਾਂ, ਇਹਨਾਂ ਦਾ ਇੱਕ ਮੰਤਰੀ ਜਿਹੜਾ ਓਪੋਜੀਸ਼ਨ ਲੀਡਰ ਹੁੰਦਾ ਸੀ ਉਹ ਚੰਨੀ ਸਾਹਿਬ, ਇਹ ਪੈਚ ਵਰਕ ਵੀ ਨਹੀਂ ਚੱਜ ਨਾਲ ਕਰਾ ਸਕਦੇ, ਬਣਾਉਣੀਆਂ ਇਹਨਾਂ ਨੇ ਕੀ ਆ, ਪੈਚ ਤੱਕ ਵੀ ਨਹੀਂ ਚੰਗੀ ਤਰ੍ਹਾਂ ਮੁਰੰਮਤ ਕਰਾ ਸਕਦੇ। ਕਿਤੇ ਇੱਕ ਹੋਰ ਅੱਜ ਜਿਹੜੇ ਇੱਕ ਆਪਣੇ ਹਰਿਆਵਲ ਦਸਤੇ ਦੀ ਆ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਹਾਨ, ਇਹਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਕਹਿੰਦੇ ਆ, ਉਹ ਵੀ ਆਇਆ। ਉਹਦੀ ਵੀ ਮੈਂ ਸਿੱਖ ਜਗਤ ਨੂੰ, ਸਿੱਖ ਸੰਗਤ ਨੂੰ, ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਆ ਕਿ ਹਰ ਇੱਕ ਨੇ ਉੱਥੇ ਜਾ ਕੇ ਦਰਸ਼ਨ ਮੇਲੇ ਗੁਰੂ ਮਹਾਰਾਜ ਦੇ ਕੀਤੇ ਨੇ। ਅਤੇ ਮੈਂ ਆਸ ਰੱਖਦਾ ਕਿ ਦੋਵਾਂ ਦੇਸ਼ਾਂ 'ਚ ਦੋਵਾਂ ਦੀ ਭਾਈਬੰਦੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਹੀ, ਆਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਦੇ ਇੱਕ ਨੂਰ 'ਤੇ ਸਭ ਜਗ ਵਿੱਚ ਕੌਣ ਭਲੇ ਕੋ ਮੰਦੇ, ਸਾਰੇ ਉਹਦੇ ਉਹਦੀ ਕਾਇਨਾਤ ਰਹੀ ਆ, ਸਾਰੇ ਇਕਮੁੱਠ ਹੋ ਕੇ ਏਕਤਾ ਇਨਸਾਨੀਅਤ ਦੇ ਸੱਚਾਈ ਦੇ ਭਲਾਈ ਦੇ ਮਾਰਗ ਕਹਿਣਾ। ਗੁਰੂ ਨਾਨਕ ਪਾਤਸ਼ਾਹ ਜਿਹੜਾ ਸਿਧਾਂਤ ਸੀ, ਕਿਰਤ ਕਰੋ ਵੰਡ ਛਕੋ ਅਤੇ ਸੱਚਾਈ ਦੇ ਮਾਰਗ 'ਤੇ ਚੱਲੋ ਅਤੇ ਗਰੀਬਾਂ ਦਾ ਭਲਾ ਕਰੋ, ਇਹ ਗੱਲਾਂ ਹੀ ਕਰਨੀਆਂ ਸਿਖਾਲੀਆਂ ਨੇ। ਅੰਮ੍ਰਿਤ ਜਾਮੇ ਨਹੀਂ ਆਪਾਂ ਬਣਾਉਂਦੇ, ਭਾਵੇਂ ਕੋਈ ਸਰਕਾਰ ਆਈ ਆ, ਭਾਵੇਂ ਕੋਈ ਜਾਵੇ, ਇਹਦੇ ਜਦ ਤੱਕ ਆਵਾਮ ਸੰਗਤ ਨਹੀਂ ਉੱਠਦੀ ਇਹ ਗੱਲ ਸਿਰੇ ਨਹੀਂ ਲੱਗ ਸਕਦੀ। ਜੇ ਨਸ਼ਾ ਹਟਾਉਣਾ ਆ ਉਹ ਵੀ ਸਾਡੇ ਤਕੜੀ ਹੋਵੇ, ਜੇ ਆਪਾਂ ਆਪਣੇ ਨੌਜਵਾਨ ਪੀੜ੍ਹੀ ਨੂੰ ਇਸ ਗੁਰਮਤ ਲਾਉਣੀ ਆ, ਇਹ ਵੀ ਪਰਿਵਾਰ ਦਾ ਜਦ ਤੱਕ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਨਾਲ ਇਕੱਠੇ ਕਰਨੇ, ਗੁਰਮਤ ਵੀ ਤਦ ਤੱਕ ਨਹੀਂ ਮਿਸਰੇ ਜਦ ਤੱਕ ਪਰਿਵਾਰ ਦਾ ਕੋਈ ਜੀ ਉਹਨਾਂ ਨੂੰ ਇਸ ਬੰਦੇ ਨਾਲ ਤੋਰੂ। ਦੂਸਰਾ ਅੱਜ ਜਿਹੜੀ ਮੈਂ ਵਧਾਈ ਦਿੰਦਾ ਹਾਂ ਸ਼੍ਰੀ ਆਪਣੇ ਹਿੰਦੁਸਤਾਨ ਦੇ ਨਡਰ, ਮੈਂ ਤਾਂ ਕਹੂੰ ਬੇਖੌਫ ਅਤੇ ਨਡਰ, ਅਤੇ ਜਿਹਨੂੰ ਮੈਂ ਕਹਿੰਦਾ ਕਿ ਗਾਡਰ ਪ੍ਰਧਾਨ ਮੰਤਰੀ, ਮੈਂ ਜੇ ਪੰਜਾਬੀ ਦਾ ਸ਼ਬਦ ਗਾਡਰ ਹੁੰਦਾ, ਗਾਡਰ ਪ੍ਰਧਾਨ ਮੰਤਰੀ ਨੂੰ ਕਿ ਜਿਹੜਾ ਇਹ ਫੈਸਲਾ ਉਦੋਂ ਲੈਣਾ ਚਾਹੀਦਾ ਜਦੋਂ ਜਵਾਹਰ ਲਾਲ ਨਹਿਰੂ ਨੇ ਫੈਸਲੇ ਗਲਤ ਫੈਸਲੇ ਲਏ ਨੇ, ਜਿਹਦੇ 'ਚ ਕਈ 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 ਪੀੜ੍ਹੀਆਂ ਦੇ ਜਿਹੜੇ ਸਾਡੇ ਸ਼ਹੀਦ ਹੋ ਗਏ ਨੇ ਆਪਣੇ ਫੌਜੀ, ਕਈ ਆਵਾਮ ਉੱਥੋਂ ਦੀ ਜਿਹੜੀ ਅੱਤਵਾਦ ਜਿਹੜਾ ਉੱਥੇ ਵੱਖਵਾਦ ਬਣਿਆ ਉਹਦੇ ਜਿਹੜੇ ਪੀੜਿਤ ਹੋਏ ਨੇ, ਕਈਆਂ ਦੀ ਚੁੱਲ੍ਹਿਆਂ 'ਚ ਅੱਗ ਨਹੀਂ ਬਲੀ। ਇਹ ਮੈਂ ਇਹ ਕਹਾਂਗਾ ਇਹ ਇੱਕ ਇਤਿਹਾਸਕ ਫੈਸਲਾ ਅੱਜ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਕੀਤਾ ਆ ਉਹ ਵਧਾਈ ਦੇ ਪਾਤਰ ਨੇ।
ਤੇ ਜਿਹੜਾ ਵੀ ਇਹ ਲਾਗੂ ਕੀਤਾ ਜਿਸ ਤਰ੍ਹਾਂ ਕਸ਼ਮੀਰ ਤੇ ਲੇਹ ਲਦਾਖ ਨੂੰ ਯੂਟੀ ਤੇ ਜੰਮੂ ਕਸ਼ਮੀਰ ਨੂੰ ਸਟੇਟ, ਮੈਂ ਪ੍ਰਧਾਨ ਮੰਤਰੀ ਨੂੰ, ਹੋਮ ਮਿਨਿਸਟਰ ਆਫ ਇੰਡੀਆ ਨੂੰ, ਡਿਫੈਂਸ ਮਿਨਿਸਟਰ, ਸਮੁੱਚੀ ਇਸ ਇਹਨਾਂ ਦੀ ਟੀਮ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਸਾਬਤ ਕਰਤਾ ਕਿ ਇੱਕ ਝੰਡਾ, ਇੱਕ ਡੰਡਾ ਤੇ ਇੱਕ ਸੰਵਿਧਾਨ। ਕਿਉਂਕਿ ਅੱਗੇ ਜਦੋਂ ਜੰਮੂ ਜਾਈਦਾ ਸੀ 370 ਦੀ ਧਾਰਾ ਜਾਂ 35 ਏ ਦੀ ਧਾਰਾ ਸੀ, ਉਹ ਜਿਹੜੀਆਂ ਉਹ ਇੱਕ ਹਿੰਦੁਸਤਾਨੀ ਜੰਮੂ ਜਾਵੇ ਕੁਛ ਹੋਰ, ਪੰਜਾਬ ਜਾਵੇ ਕੁਛ ਹੋਰ, ਹਿਮਾਚਲ ਜਾਵੇ ਕੁਛ ਹੋਰ। ਇਹ ਜਿਹੜੀਆਂ ਇਹ ਕਿਹੜੇ ਫੈਸਲੇ ਕਰਨੇ, ਇਹ ਉਹੀ ਕਰ ਸਕਦਾ ਜਿਹੜਾ ਬੇਖੌਫ, ਇਮਾਨਦਾਰ, ਬੇਲਾਲਚ ਤੇ ਜਿਹਨੂੰ ਆਪਣੇ ਆਪਣੇ ਮੁਲਕ ਦਾ, ਆਪਣੇ ਆਵਾਮ ਦਾ, ਆਪਣੇ ਦੇਸ਼ ਦੀ ਜਿਹਨੂੰ ਗੈਰਤ ਹੋਵੇ, ਇੱਜ਼ਤ ਹੋਵੇ, ਜਿਹਨੂੰ ਜਿਹੜਾ ਬੇਖੌਫ ਹੋਵੇ, ਉਹੀ ਕਰ ਸਕਦੇ ਨੇ। ਨਹੀਂ ਤਾਂ ਇੱਥੇ ਅੱਗੇ ਕਈ ਡਾਕੂ ਆਏ ਨੇ, ਕਈ ਸਰਕਾਰਾਂ ਸੈਂਟਰ ਦੀਆਂ ਆਈਆਂ, ਸਵਾ ਕਾਂਗਰਸ ਦੀ ਲਾ ਲਓ, ਕੋਈ ਹੋਰ ਜਨਤਾ ਦਲ ਪਤਾ ਕੀ ਕੁਛ ਬਣਦਾ ਰਿਹਾ, ਉਹ ਬਸ ਆਏ ਆ ਤੇ ਸਕੈਂਡਲ ਬਣਾ ਕੇ, ਕੋਈ ਸਕੈਮ, ਕਦੀ ਕੋਈ ਸਕੈਮ, ਸਵਾਏ ਲੁੱਟਣ ਤੋਂ ਕੁੱਟਣ ਤੋਂ ਕੁਛ ਨਹੀਂ ਕੀਤਾ। ਇਹ ਜਿਹੜੇ ਫੈਸਲੇ ਕੀਤੇ ਆ, ਮੈਂ ਜੰਮੂ ਕਸ਼ਮੀਰ ਦੀ ਜਨਤਾ ਨੂੰ ਵੀ ਫੈਸਲਾ ਕਰੋ, ਉੱਥੇ ਸਾਡੇ ਸਿੱਖ ਭਾਈਚਾਰੇ ਦੇ ਵੀ ਆ, ਮੁਸਲਿਮ ਵੀ ਆ, ਮਨੋਰਟੀ ਵੀ ਆ, ਸਾਰੇ ਹੀ ਹੈਗੇ ਨੇ, ਹਿੰਦੂ ਨੇ, ਕਸ਼ਮੀਰੀ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜਾ ਫੈਸਲਾ ਹਿੰਦੁਸਤਾਨ ਨੇ, ਇੰਡੀਆ ਦੀ ਸਰਕਾਰ ਨੇ, ਦਿੱਲੀ ਸਰਕਾਰ ਨੇ, ਮੋਦੀ ਸਰਕਾਰ ਨੇ ਲਿਆ ਆ, ਅਮਨ ਸ਼ਾਂਤੀ ਨੇ ਇਹਨੂੰ ਬਹਾਲ ਕਰਾਓ, ਤਾਂ ਜੋ ਜਿਹੜੇ ਬੇਘਰ ਹੋਏ, ਜਿਹੜੇ ਕਸ਼ਮੀਰੀ ਪੰਡਿਤ, ਜਿਹੜੇ ਉੱਥੋਂ ਦੇ ਕਸ਼ਮੀਰੀ ਲੋਕ ਨੇ, ਜਿਹੜੇ ਹਿੰਦੁਸਤਾਨ ਦੇ ਜਾਂ ਇਸ ਵਰਲਡ 'ਚ ਵੱਖ ਵੱਖ ਦੇਸ਼ਾਂ 'ਚ ਗਏ ਨੇ, ਉਹ ਆਪਣੇ ਘਰ ਪਰਤਣ, ਆਪਣੀਆਂ ਰੀਤੀਆਂ, ਆਪਣੀਆਂ ਰਿਵਾਜ਼ਾਂ, ਆਪਣੀਆਂ ਪਰੰਪਰਾਵਾਂ ਜਿਹੜੀਆਂ ਵੱਡ ਵਡੇਰਿਆਂ ਦੀਆਂ, ਆਪਣੀਆਂ ਜਿਹੜੀਆਂ ਮਿਹਨਤਾਂ ਜਿਹੜੀਆਂ ਉਹਨਾਂ ਦੀਆਂ, ਜਾਇਦਾਦਾਂ ਖਾਲੀ ਪਈਆਂ ਨੇ, ਕਿਤੇ ਵਪਾਰ ਖਾਲੀ ਪਏ ਨੇ, ਆਣ ਕੇ ਆਪਣਾ ਵਾਪਸ ਆਉਣ ਅਤੇ ਆਪਣੇ ਹਿੰਦੁਸਤਾਨ ਦੇ ਝੰਡੇ ਦੇ ਹੇਠ ਆਣ ਕੇ ਇਹ ਸਾਰੀ ਜਿਹੜੀ ਚੰਗਿਆਈ ਆ ਉਹਨੂੰ ਆਪਣਾ ਕਰੀਏ। ਮੈਂ ਫਿਰ ਵਧਾਈ ਦਿੰਦਾ ਹਾਂ ਮੋਦੀ ਸਾਹਿਬ ਨੂੰ, ਉਹਨਾਂ ਦੀ ਸਮੁੱਚੀ ਟੀਮ ਨੂੰ, ਕਿ ਜਿਹੜਾ ਉਹਨਾਂ ਨੇ ਇੱਕ ਮਰਦਾਂ ਵਾਲਾ ਫੈਸਲਾ ਕਰਕੇ ਹਿੰਦੁਸਤਾਨ ਨੂੰ, ਇਤਿਹਾਸਕ ਫੈਸਲਾ ਕਰਕੇ ਸਥਾਨ ਦਿੱਤਾ। ਗੁਰਪਿਆਰਿਓ, ਗੱਲ ਚਾਹੇ ਲੁਧਿਆਣਾ ਦੀ ਹੋਵੇ ਜਾਂ ਅਜਨਾਲਾ ਦੀ, ਹਰ ਪਾਸੇ ਕੇਂਦਰ ਸਰਕਾਰ ਵੱਲੋਂ ਲਿੱਤੇ ਗਏ ਇਸ ਫੈਸਲੇ ਦੀ ਤਾਰੀਫ ਕੀਤੀ ਜਾ ਰਹੀ ਹੈ, ਪਰ ਕੁਝ ਬੁੱਧੀਜੀਵੀ ਅਜਿਹੇ ਵੀ ਹੈ ਨੇ ਜੋ ਇਸ ਫੈਸਲੇ ਦੀ ਨਖੇਧੀ ਕਰ ਰਹੇ ਨੇ। ਜਿੱਦਾਂ ਲੁਧਿਆਣਾ ਦੀ ਹੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਇਸ ਫੈਸਲੇ ਨੂੰ ਤਾਨਾਸ਼ਾਹ ਕਰਾਰ ਦਿੱਤਾ ਅਤੇ ਮੋਦੀ ਸਰਕਾਰ ਵੱਲੋਂ ਥੋਪਿਆ ਹੋਇਆ ਦੱਸਿਆ ਸੀ। ਪਰ ਹੁਣ ਵੇਖਣਾ ਇਹ ਹੋਵੇਗਾ ਕਿ ਅੱਗੇ ਇਸ ਫੈਸਲੇ ਦਾ ਪੂਰੇ ਭਾਰਤ ਉੱਤੇ ਅਤੇ ਜੰਮੂ ਕਸ਼ਮੀਰ ਦੇ ਵਾਸੀਆਂ ਉੱਤੇ ਕੀ ਅਸਰ ਪੈਂਦਾ ਹੈ, ਕਿਉਂਕਿ ਇੰਟਰਨੈਸ਼ਨਲ ਪ੍ਰੈਸ ਵਾਰਤਾ ਕਰਕੇ ਵੀ ਹੋਰਨਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੂੰ ਵੀ ਭਾਰਤ ਸਰਕਾਰ ਨੇ ਸੂਚਿਤ ਕਰ ਦਿੱਤਾ ਹੈ ਆਪਣੇ ਇਸ ਫੈਸਲੇ ਬਾਰੇ। ਤੁਸੀਂ ਸਭ ਇਸ ਫੈਸਲੇ ਬਾਰੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ ਅਜਨਾਲਾ ਦੀ ਰਿਪੋਰਟ, ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।